ਪੰਜ ਨੰਬਰ ਦਾ ਤੁਹਾਨੂੰ ਪਹਿਲਾਂ ਅੰਡਿਠਾ ਵਾਰਤਕ ਪੈਰਾ ਫਿਰ ਪੰਜ ਨੰਬਰ ਦਾ ਅਗੇਨ ਅੰਡਿਠਾ ਵਾਰਤਕ ਪੈਰਾ ਪੰਜ ਨੰਬਰ ਦੀ ਅੰਡਿਠੀ ਵਾਰਤਕ ਕਾਵ ਟੁਕੜੀ ਫਿਰ ਉਸ ਤੋਂ ਬਾਅਦ ਵਿੱਚ ਸਮਾਸੀ ਬਹੁਰਥਕ ਸੋ 25 ਨੰਬਰ ਦੀ ਹੋ ਗਈ ਤੁਹਾਡੀ ਬੇਟਾ 5 10 15 ਤੇ 10 ਵਿਆਕਰਨ ਨਾ ਹੋ ਗਿਆ 25 ਹੋ ਗਏ ਕਿ 15 ਨੰਬਰ ਦੀ ਸਿਰਫ ਤੁਹਾਡੀ ਲਿਟਰੇਚਰ ਹੈ ਸੋ ਜ਼ਿਆਦਾ ਫੋਕਸ ਤੁਸੀਂ ਗ੍ਰੈਮਰ ਤੇ ਕਰੋ ਕਿਉਂਕਿ ਗ੍ਰੈਮਰ ਦੇ ਵਿੱਚ ਬਹੁਰਥਕ ਕੱਲ ਮੈਂ 10th ਦਾ ਟੈਸਟ ਲੈ ਰਹੀ ਸੀ ਉਹਨਾਂ ਨੂੰ ਬਹੁਰਥਕ ਵਾਲਿਆਂ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ ਹੈ ਸੋ ਬਹੁਰਥਕ ਜਦੋਂ ਹੁੰਦੇ ਨੇ ਨਾ ਇਹਨੂੰ ਬਹੁਤ ਜ਼ਿਆਦਾ ਧਿਆਨ ਨਾਲ ਸੁਣੋ ਨਹੀਂ ਵਰਡ ਜਿੱਥੇ ਆ ਰਿਹਾ ਨਾ ਉੱਥੇ ਉਹ ਹਾਂ ਵਾਲਾ ਹੀ ਲਗਾਏ ਜਾ ਰਹੇ ਨੇ ਹੱਲੇ ਤੱਕ ਵੀ ਠੀਕ ਹੈ ਸੋ ਇਹਨੂੰ ਧਿਆਨ ਨਾਲ ਪੜੋ 4 ਨੰਬਰ ਆਈ ਥਿੰਕ ਤੁਹਾਨੂੰ ਸਮਾਸੀ ਦੇ ਆਣੇ ਨੇ 4 ਨੰਬਰ ਦੀ ਤੁਹਾਨੂੰ ਬਹੁਰਥਕ ਤੇ 2 ਮੁਹਾਵਰੇ ਨੇ ਠੀਕ ਹੈ ਔਰ ਤੁਹਾਨੂੰ ਪੇਪਰ ਵਿੱਚ ਜਿਹੜਾ ਤੁਹਾਡਾ ਬੋਰਡ ਦਾ ਪੇਪਰ ਹੋਏਗਾ ਨਾ ਉਹਦੇ ਵਿੱਚ ਅਗਰ ਤੁਸੀਂ ਮਾਡਲ ਟੈਸਟ ਪੇਪਰ ਦੇਖਿਆ ਹੋਏਗਾ ਤੇ ਚੁਆਇਸ ਆਏਗੀ ਉਹ ਚੁਆਇਸ ਨੂੰ ਵੀ ਬਹੁਤ ਧਿਆਨ ਨਾਲ ਕਰਨਾ ਹੈ ਜਿਹੜੀ ਤੁਸੀਂ ਸੁਪੋਜ਼ 5 ਨੰਬਰ ਹੈ ਔਰ ਜਿਸ ਤਰ੍ਹਾਂ ਆਪਣੇ ਵਾਰਤਕ ਲੇਖ ਵਿੱਚੋਂ ਦੀ 4 ਕੁਐਸਚਨ ਆੜੇ ਨੇ ਮੰਨ ਲਓ ਠੀਕ ਹੈ ਤੇ ਪੰਜਵਾਂ ਹੋਏਗਾ ਉਹਨੂੰ ਬਹੁਤ ਜ਼ਿਆਦਾ ਧਿਆਨ ਨਾਲ ਦੇਖਣਾ ਹੈ ਸੁਪੋਜ਼ ਅੰਡਿਠਾ ਵਾਰਤਕ ਪੈਰਾ ਹੈ 5 ਨੰਬਰ ਦਾ ਹੈ ਜੇ 6ਵਾਂ ਕੁਐਸਚਨ ਆ ਗਿਆ ਤੇ ਤੁਸੀਂ ਉਹਨਾਂ 6 ਵਿੱਚੋਂ ਦੀ ਕੋਈ ਇੱਕ ਕਰ ਸਕਦੇ ਹੋ ਸੋ ਇਹ ਨਾ ਹੋਵੇ ਕਿ ਤੁਸੀਂ ਪਹਿਲੇ ਦੇ 6 ਸਾਰੇ ਦੇ ਸਾਰੇ ਕਰ ਦੋ ਬਹੁਤ ਸੋਚ ਸਮਝ ਕੇ ਆਨਸਰ ਨੂੰ ਫਿਲ ਕਰਿਓ ਠੀਕ ਹੈ ਪਹਿਲਾਂ ਸਾਰੀ ਇਨਸਟਰਕਸ਼ਨਸ ਪੜ੍ਹ ਲਈ ਉਸ ਤੋਂ ਬਾਅਦ ਵਿੱਚ ਫਿਲ ਕਰਿਓ ਰਾਈਟ ਔਰ ਇਹ ਨਾ ਹੋਵੇ ਕਿ ਅੱਧੇ ਘੰਟੇ 'ਚ ਪੇਪਰ ਕਰਕੇ ਬੈਠ ਜਾਇਓ ਹਰ ਇੱਕ ਨੂੰ ਪਹਿਲਾਂ ਦੇਖਿਓ ਠੀਕ ਹੈ ਜਿੱਥੇ ਤੁਸੀਂ ਕਨਫਰਮ ਹੋ ਜਿਹੜੇ ਕੁਐਸਚਨ ਲਈ ਤੁਸੀਂ ਸ਼ੋਰ ਹੋ ਉਹ ਵਾਲੇ ਤੇ ਪਹਿਲਾਂ ਟਿੱਕ ਲਗਾ ਲਓ ਜਿੱਥੇ ਤੁਸੀਂ ਸ਼ੋਰ ਨਹੀਂ ਹੋ ਇਹ ਨਾ ਹੋਵੇ ਕਿ ਤੁਸੀਂ ਉਹਨੂੰ ਪਹਿਲਾਂ ਫਿਲ ਕਰ ਲਓ ਤੇ ਬਾਅਦ ਵਿੱਚ ਤੁਹਾਨੂੰ ਲੱਗੇ ਕਿ ਤੁਹਾਡਾ ਆਨਸਰ ਹੀ ਗਲਤ ਸੀਗਾ ਫਿਰ ਤੁਸੀਂ ਉਹਨੂੰ ਸਹੀ ਕਰੋ ਐਦਾਂ ਨਾ ਕਰਿਓ ਉਹਨੂੰ ਪੈਨਸਲ ਦੇ ਨਾਲ ਫਿਲ ਕਰ ਲਿਓ ਠੀਕ ਹੈ ਇਸ ਤਰ੍ਹਾਂ ਬਹੁਤ ਸੋਚ ਸਮਝ ਕੇ ਟਾਈਮ ਮੈਨੇਜਮੈਂਟ ਕਰਕੇ ਆਪਣਾ ਪੇਪਰ ਕਰਿਓ ਯੈਸ ਸਰਮਾਨ ਹੋਏਗੀ ਬਟ ਕਿਤੇ ਕਿਤੇ ਨਹੀਂ ਹੈ ਠੀਕ ਹੈ ਸੋ ਨੈਕਸਟ ਹੈ ਪਰ ਇੱਕ ਹੈ ਭਰਨਾ ਜੱਗ ਵਿੱਚ ਪਾਣੀ ਭਰ ਨੈਕਸਟ ਹਾਂਜੀ ਪ੍ਰਭਗੁਣ ਰੱਜ ਜਾਣਾ ਮੇਰਾ ਰੋਟੀ ਖਾ ਕੇ ਢਿੱਡ ਭਰ ਗਿਆ ਹੋਰ ਦੇਣਾ ਕੁਝ ਭਰੋ ਮਤਲਬ ਕੁਝ ਦੋ ਹਾਂਜੀ ਜ਼ਖਮ ਭਰਨਾ ਓਕੇ ਜ਼ਖਮ ਹੌਲੀ ਹੌਲੀ ਭਰ ਗਿਆ ਸੋ 4 ਹੋ ਗਏ ਇੱਕ ਪਾਣੀ ਭਰਨਾ ਰੱਜ ਜਾਣਾ ਦੇਣਾ ਹਾਂ ਜਵਾਨੀ ਦਾ ਸਿਖਰ ਜਵਾਨੀ ਦਾ ਸਿਖਰ ਭਰ ਜਵਾਨੀ ਵਿੱਚ ਹੀ ਉਸਦਾ ਵਿਆਹ ਹੋ ਗਿਆ ਠੀਕ ਹੈ ਮਤਲਬ ਕਿ ਹੱਲੇ ਉਹਦੀ ਜਵਾਨੀ ਜਿਹੜੀ ਸੀ ਸ਼ੁਰੂ ਹੀ ਹੋਈ ਸੀਗੀ ਰਾਈਟ ਗੁੱਡ ਇੱਕ ਹੈ ਮਿਣਤੀ ਵਿੱਚ ਬਰਾਬਰ ਜੱਗ ਵਿੱਚ ਲੱਸੀ ਭਰੋ ਠੀਕ ਹੈ ਜਾਂ ਮੈਂ ਕਿਲੋ ਭਰ ਲੱਸੀ ਪੀ ਸਕਦਾ ਹਾਂ ਰਾਈਟ ਨੈਕਸਟ ਹੈ ਪੰਨ ਤੋੜਨਾ ਮਿਸਟੀ ਥਕਾਵਟ ਹੋਣਾ ਹੋਰ ਹਾਂਜੀ ਵੱਟ ਇੱਕ ਪੰਨ ਅਖਰੋਟ ਪੰਨੋ ਉਹ ਵਾਲਾ ਹੋ ਗਿਆ ਇੱਕ ਪੰਨ ਜਿੱਦਾਂ ਆਪਾਂ ਕਹਿੰਦੇ ਨਾ ਚਪੇੜਾ ਮਾਰ ਮਾਰ ਕੇ ਮੈਂ ਤੇਰਾ ਮੂੰਹ ਪੰਨ ਦੇਣਾ ਠੀਕ ਹੈ ਹੁਣ ਆਪਾਂ ਕੀ ਕਹਿੰਦੇ ਕੁੱਟਣਾ ਰਾਈਟ ਹੋਰ ਪੰਨ ਆਪਾਂ ਸੂਟ ਪ੍ਰੈਸ ਕਰਕੇ ਰੱਖਦੇ ਹਾਂ ਉਹਦੇ ਤੇ ਕਈ ਵਾਰੀ ਵੱਟ ਪੈ ਜਾਂਦੇ ਸਿਲਵਟਾਂ ਪੈ ਜਾਂਦੀਆਂ ਅਸੀਂ ਉਹਨੂੰ ਵੀ ਕਹਿੰਦੇ ਹਾਂ ਪੰਨ ਰਾਈਟ ਹੋਰ ਥਕਾਵਟ ਮੇਰੇ ਸਰੀਰ ਨੂੰ ਅੱਜ ਬਹੁਤ ਜ਼ਿਆਦਾ ਪਾਣੀ ਲੱਗੀ ਹੋਈ ਹੈ ਮਤਲਬ ਮੇਰਾ ਸਰੀਰ ਅੱਜ ਬਹੁਤ ਜ਼ਿਆਦਾ ਥੱਕਿਆ ਹੋਇਆ ਹੈ ਕਲੀਅਰ ਹੈ ਤੋੜਨਾ ਥਕਾਵਟ ਵੱਟ ਜਾਂ ਮਾਰਨਾ ਵੀ ਲਿਖ ਸਕਦੇ ਹੋ ਇੱਥੇ ਤੁਹਾਡੀ ਬੁੱਕ ਵਿੱਚ ਨਹੀਂ ਲਿਖਿਆ ਹੋਇਆ ਠੀਕ ਹੈ ਨੈਕਸਟ ਹੈ ਮੋੜ ਮੋੜ ਮੀਨਸ ਵਾਪਸ ਕਰਨਾ ਉਹਨੇ ਮੈਨੂੰ ਮੇਰੀ ਪੈਨਸਲ ਮੋੜ ਦਿੱਤੀ ਗਲੀ ਦਾ ਮੋੜ ਠੀਕ ਹੈ ਓਕੇ ਹਾਂਜੀ ਹੋ ਸਕਦਾ ਹੈ ਮੋੜਨਾ ਓਕੇ ਇੱਕ ਮੋੜਨਾ ਮਤਲਬ ਚੀਜ਼ ਨੂੰ ਤੋੜ ਮਰੋੜ ਦਿੱਤਾ ਸ਼ੇਕ ਦੇ ਦਿੱਤੀ ਇੱਕ ਮੋੜ ਮਤਲਬ ਉਸਨੇ ਮੈਨੂੰ ਪੈਸੇ ਮੋੜ ਦਿੱਤੇ ਵਾਪਿਸ ਕਰ ਦਿੱਤੇ
एक गड्डी हां मोड़नी घुमाना घुमाओ एक हुंदा है ये थोड़ी बुक च नहीं लिखा होया चलो एक और है जिसका कह रहे आपा कि कोई बीमारी सी वो तो मोड़ पै गया ठीक है थोड़ी बुक च नहीं लिखा मतलब ठीक हो गया कदी कोई बीमारी हुंदी है बहुत ज्यादा ते उन्हों आपा कह रहे इन बीमारी तो मोड़ पै गया मतलब वो ठीक हो गया स्टेबल हो गया राइट नेक्स्ट मार मार मारना कुटना और मार भैड़ी आदत ठगना ओके ओनू आपा कई बारी कह रहे हां एक मार मारना हना ओदे मारो राइट एक मार हो गया पसम करना लोहा मार के कई बारी ना देखो हुण जिसा दवाई हुंदी है आपा जड़ी बूटियां हुंदियां जड़ी बूटियां तो आपा दवाई बनांदे ना ठीक है ओने ए वाली चीज मार के जे आपा सोना बनवाना है गोल्ड बनवाना कई बारी गोल्ड नो भी थोड़ा पुराना हुंदा ना उनु पहला मारिया जांदा मतलब ओदी पहला उनु टालिया जांदा फिर उनु शेप दित्ती जांदी है ठीक है सो एक भैड़ी आदत इनू आपा कह रहे ने पता नहीं केड़ी मार बग गई है बहुत गलत कम्मा विच पै गया ठीक है नेक्स्ट मुरब्बा मुरब्बा खाण वाला और बेटा मुरब्बा खाण वाला ओदे विच सारे आ जाने ठीक है और एक मुरब्बा हुंदा एक जमीन मेरे कोल एक मुरब्बे दो मुरब्बे जमीन है ठीक है और एक मुरब्बा हुंदा जिसा वर्गाकार मैथमेटिकल शेप्स हुंदियां ने ठीक है ओ भी एक मुरब्बा एक वर्गाकार शेप नु कहंदे आपा राइट एक है 25 एकड़ जमीन और पांच मुरब्बे दा मालक है एक हुंदा मुरब्बा मुरब्बे बंदी देखो इत्थे दो हन एक जमीन दी मिणती ते वंड जदों आपा सपोज कलोनी कट्टी ठीक है कलोनी दे विच ओदी एक जमीन एक मुरब्बा कट लिया ओनू साइड ते रख दित्ता ठीक है एक जमीन जायदाद ओ अलग चीज है इन्हां दोनों च डिफरेंस है ठीक है एक खाण वाला ते एक वर्गाकार शेप क्लियर नेक्स्ट है रख रखना ए चीज उठे रख दियो हाँ गुड तबीत ठीक है तबीत हुंदा ना आपां गले च पाया ओ कईयां नूं रख बना के दित्ती हुंदी आ तबीत एक कोई चीज रखना होर रख रक्षा करनी भी हो सकदा है ओने मेरी बहुत ज्यादा रख रखी मतलब ओने मेरी बहुत ज्यादा रक्षा की ठीक है और जंगल राइट आजड़ी रख विच मज्जा चारदे हन कृतिका एनी डाउट ओके ठीक है जी नेक्स्ट है रस फलां दा रस चाह नाल खान वाला रस ओके एक मनमोहक मनमोहक आपा कहने ना कई बारी जिंदगी दा रस जिहा आ गया स्वाद जिहा आ गया या मनमोहक एक ना नौ रस हुंदे ने नतीजा नौ ओके रस एक तां फलां दा रस ठीक है एक आपा कहने हां कि मैनू जिंदगी दा रस जे आ गया स्वाद जे आ गया मनमोहक ठीक है एक वैसे ही नौ रस हुंदे ने राइट वो आपा अपने मन दियां फीलिंग्स नु आपा एक्सप्रेस करदे हां ओदे लई हुंदे जिस तरह श्रृंगार रस है वीर रस है रौद्र रस हुंदा है ठीक है ये सारे रस हुंदे ने और एक रस है चाह नाल खाण वाला रस ठीक है नेक्स्ट है रास
नाच या नाटक, ठीक है, रास लीला, ओके। सो किसी चीज, कोई भी चीज रास आ जानी, राइट, उन्होंने आपका कह रहे हैं ए चीज मेनू रास नहीं आई, ठीक, ओके। माल एक हुंदा सुभा मिलना, मेरी ओदे नाल रास नहीं रल रही, ठीक है। सो ठीक, माल, सुभा मिलना, नाटक या नाच। नेक्स्ट है राज, राज एक प्रांत, स्टेट। एक हुंदा मैं उससे बहुत ज्यादा राज किता, ओदा मतलब हुक्म। हाँ, औरंगजेब ने बहुत राज किया, ओ हो गया हुक्म, ए हो गया एक थोड़ी बुक ते नहीं लिखा होया, ओह उसने सारे घर जाके बहुत राज किया। दो, हाँ ऐश किया, एक राज मतलब हुक्म हो गया, एक राज मतलब उन्हें पूरी फैसिलिटीज उन्होंने मिलिया, इन्हा दोनों विच फर्क है। सो अगर जो आना सेंटेंस इस तरह का आ जाए कि उसने मेरे ते बहुत राज किया, उसने अपने घर विच बहुत ज्यादा राज भोगया, तो दोनों का अलग अलग होएगा। कृतिका, राज बेटा एक हुंदा हुक्म, मैं तुहाडे ते राज कीता, हुक्म कीता, ठीक है, मतलब तुहाडे ते ऑर्डर चलाया। एक हुंदा है कि तुसी अपने घर विच बहुत ज्यादा राज करते हो, वो थोड़े ना कि तुसी अपने घर विच डोमिनेटेड हो, तुसी बहुत ज्यादा उत्थे आराम नाल रहिंदे, तुहानू हर एक फैसिलिटी मिलती है, ठीक है, इन्हां दोनों च फर्क है। सुख सुविधा, हां जी, ओके। नेक्स्ट है लड़, लड़ लौड़ा, झगड़ना। नेक्स्ट है लड़, लड़ एक ता चुन्नी का लड़ हुंदा है, उन्हें एक पल्ला अलग हुंदा, जिदा लावा हुंदिया ने उथे, अगर तुसी सुनिया होए के जिहड़ा कुड़ी मुंडे दा लड़ हुंदा कुड़ी दे हाथ विच दित्ता जांदा, पल्ला हो गया जिम्मेदारी फड़ाती, एक लड़ मतलब झगड़ना, और मेरे नाल लड़ रहा है। एक हुंदा पगड़ी दा लड़, एक हुंदा लड़ मतलब डंग मारना, हां जी, लड़ मतलब कोई जिस तरह मधुमक्खी लड़ गई डंग मारना, ठीक है। सो डंग मारना, पगड़ी दा लड़, पल्ला ते झगड़ना, राइट। नेक्स्ट है लावा, फेरे, लावा एक मारना, मारना भी तो होंदा ना, स्पेल लावा, ठीक है। और रस्सियां, रस्सियां जेड़ियां ना मंजा होंदा, कभी देखा फोल्डिंग बेड, ओदे आले दुआले छड़ी नवार जी होंदी है, एक बाण दा मंजा होंदा, ओदियां लावां होंदियां ने, उन्हानू कसिया जांदा है, ठीक है, उन्हानू आपां कहिंदे लावा। जिस तरह तकड़ी दियां लावां जिहड़ियां ओदियां आले दुआले लाइन होंदियां, रस्सियां होंदियां, उन्हानू आपां कहिंदे हां। नेक्स्ट है बट, गुस्सा, कपड़े दे वट, ओके। उमस, अज बहुत ज्यादा वट है, गुस्सा, हुम्मस, जोर दी, हां, मथे दे वट, गुस्सा सेम हो गए। जोर नाल, एक आपा कहते ना उन्हें गुस्से विच अपना मुंह वट्टिया होया, फुल्लिया होया, हां गुस्से हो जाना। एक पान, वट्टो वट्टी, कमीज बहुत ज्यादा वट पए हुए ने। एक वट हुंदा जिहड़ी खेतां विच हुंदी ना, एक वट खेतां विच जिहड़ी हुंदी है, वट्टे वट बन्ने, उहनां नूं वी आपां कहिंदे आ, हो गया। सो हुम्मस, एक हुंदा सेवियां वटणा, ठीक है, वटणा, हुम्मस वटणा, जोर दी, एक सुज जाणा, ओ खट हुंदा बेटा। अच्छा, पैसे बटने, हाँ गुड, पैसे उन्हें बहुत ज्यादा पैसे बटे कमाने, वो बटना, हाँ।
ਹਾਂਜੀ ਉਹੀ ਸੇਮੀਆਂ ਵਟਣਾ ਵਟਣਾ ਇੱਕ ਬੰਨਾ ਹਾਂ ਉਹ ਇੱਕ ਮਸ਼ੀਨ ਹੁੰਦੀ ਹੈ ਉਹਦੇ ਨਾਲ ਸੇਮੀਆਂ ਵੱਟੀਆਂ ਜਾਂਦੀਆਂ ਨੈਕਸਟ ਹੈ ਨੈਕਸਟ ਵੱਟੀ ਕਮਾਈ ਉਹਨੇ ਬਹੁਤ ਸਾਰੀ ਵੱਟੀ ਕੀਤੀ ਕਮਾਈ ਕੀਤੀ ਵੱਟੀ ਇੱਕ ਤਾਂ ਉਹਨੇ ਸੇਮੀਆਂ ਵੱਟੀਆਂ ਠੀਕ ਹੈ ਹੋਰ ਵੱਟੀ ਇੱਕ ਬੱਤੀ ਦੀਵਾ ਹੁੰਦਾ ਹੈ ਦੀਵੇ ਦਾ ਜਿਹੜਾ ਕਾਟਨ ਹੁੰਦਾ ਨਾ ਉਹ ਜਿਹਨੂੰ ਉਹ ਬਲੈਕ ਜਿਹਾ ਹੋ ਜਾਂਦਾ ਉਹਨੂੰ ਆਪਾਂ ਕਹਿੰਦੇ ਹਾਂ ਦੀਵੇ ਦੀ ਬੱਤੀ ਠੀਕ ਹੈ ਕਮਾਉਣਾ ਦੁੱਖ ਸਹਿਣਾ ਉਹਨੇ ਕਸੀਸ ਜੀ ਵੱਟੀ ਕਸੀਸ ਵੱਟੀ ਮਤਲਬ ਉਹਨੇ ਦੁੱਖ ਸਹਿ ਲਿਆ ਠੀਕ ਹੈ ਸਹਿਣਾ ਨੈਕਸਟ ਵਾਰ ਵਾਰ ਦਾ ਇੱਕ ਦਿਨ ਹੋ ਗਿਆ ਵਾਰੀ ਮੇਰੀ ਪਹਿਲੀ ਵਾਰ ਵਾਰਨਾ ਹਾਂ ਹੋਰ ਇੱਕ ਦਿਨ ਹੋ ਗਿਆ ਇੱਕ ਵਾਰਾਂ ਹਾਂ ਜਿਸ ਤਰ੍ਹਾਂ ਚੰਡੀ ਦੀ ਵਾਰ ਹੈ ਵਾਰ ਸੂਰ ਵੀਰਾਂ ਦੀ ਗਾਥਾ ਵਿੱਚ ਲਿਖੀ ਹੋਈ ਇੱਕ ਵਾਰ ਮਤਲਬ ਪੈਸੇ ਵਾਰਨਾ ਇੱਕ ਵਾਰ ਦਿਨ ਇੱਕ ਵਾਰ ਕੀ ਹੁੰਦਾ ਉਹਨੇ ਮੇਰੇ ਤੇ ਵਾਰ ਕੀਤਾ ਹਮਲਾ ਕੀਤਾ ਠੀਕ ਹੈ ਇੱਕ ਵਾਰ ਮਤਲਬ ਟਰਨ ਵਾਰੀ ਰਾਈਟ ਇੱਕ ਮੈਂ ਇੱਕ ਵਾਰ ਤੁਹਾਡੇ ਘਰ ਆਇਆ ਦੋ ਵਾਰ ਆਇਆ ਤਿੰਨ ਵਾਰ ਆਇਆ ਉਹ ਫੇਰ ਹੁਣ ਆਪਾਂ ਕਹਿੰਦੇ ਫੇਰ ਕਲੀਅਰ ਨੈਕਸਟ ਵੰਡ ਵੰਡਣਾ ਵੰਡਣਾ ਹਾਂ ਵੰਡ ਪਾਣੀ ਅਲੱਗ ਅਲੱਗ ਕਰ ਦੇਣਾ ਵੰਡ ਮਤਲਬ ਕਿਸੇ ਨੂੰ ਦੇਣਾ ਵੰਡ ਮਤਲਬ ਅਲੱਗ ਅਲੱਗ ਕਰ ਦੇਣਾ ਇੱਕ ਵੰਡ ਨਾ ਜਿਹੜੀ ਆਪਾਂ ਮੱਝਾਂ ਗਾਵਾਂ ਨੂੰ ਪਾਉਂਦੇ ਨਾ ਖੱਲ ਬਣੇਵੇਂ ਉਹਨੂੰ ਵੀ ਆਪਾਂ ਬੋਲਦੇ ਹਾਂ ਵੰਡ ਠੀਕ ਹੈ ਨੈਕਸਟ ਸੈਕਿੰਡ ਲਾਸਟ ਵੱਲ ਵੱਲ ਮਤਲਬ ਪਾਸੇ ਇੱਕ ਤਾਂ ਹੋ ਗਿਆ ਉਹ ਮੇਰੇ ਵੱਲ ਵੇਖ ਰਿਹਾ ਹੈ ਇੱਕ ਗਰਦਨ ਨੂੰ ਵੱਲ ਪੈ ਜਾਂਦਾ ਠੀਕ ਹੈ ਹੋਰ ਵੱਲ ਪਾਸੇ ਹੋ ਗਿਆ ਵੇਲ ਜਿਹੜੀ ਲੰਬੀ ਉੱਚੀ ਚੜੀ ਹੁੰਦੀ ਨੂੰ ਆਪਾਂ ਬੋਲ ਦਿੰਦੇ ਹਾਂ ਵੱਲ ਵੱਲ ਚੜੀ ਹੋਈ ਹੈ ਵੇਲ ਚੜੀ ਹੋਈ ਹੈ ਠੀਕ ਹੈ ਲਾਸਟ ਵੇਲ ਵੇਲਣਾ ਉਹ ਵਿਹਲ ਹੈ ਠੀਕ ਹੈ ਵੇਲ ਇੱਕ ਤਾਂ ਜਿਹੜੀ ਕੋ ਪੌਦਾ ਹੁੰਦਾ ਹੈ ਉਹ ਹੋ ਗਿਆ ਉਹ ਬੇਟਾ ਬੱਬੇ ਦੇ ਨਾਲ ਹੈ ਇਹ ਬਹੁਤ ਦੇ ਨਾਲ ਏਕਤਾ ਵਾਲਾ ਉਹ ਵੇਲਾ ਹੈ ਇਹ ਵੇਲ ਹੈ ਨਹੀਂ ਉਹ ਨਹੀਂ ਲੈਣੀ ਇੱਕ ਰੋਟੀ ਵੇਲਣਾ ਉਹ ਅਗਰ ਤੁਸੀਂ ਲੈਂਦੇ ਹੋ ਨਾ ਉਹ ਵੈਸੇ ਇਸ ਤਰ੍ਹਾਂ ਕਰਕੇ ਹੁੰਦਾ ਠੀਕ ਹੈ ਇੱਕ ਆ ਹੁੰਦਾ ਇੱਕ ਆ ਹੁੰਦਾ ਉਹ ਇਹ ਨਹੀਂ ਹੈ ਉਹ ਹਾਂ ਪੈਂਦਾ ਇੱਥੇ ਬੂਟਾ ਵੇਲ ਬੇਟਾ ਉਹੀ ਤਾਂ ਮੈਂ ਬੋਲ ਰਹੀ ਹਾਂ ਹਾਂ ਪੈਂਦਾ ਨੀਚੇ ਇਹ ਵੇਲ ਹੈ ਲੋ ਦੇ ਨੀਚੇ ਹਾਂ ਨਹੀਂ ਹੈ ਇੱਕ ਵਾਰ ਨਾ ਅਸੀਂ ਕਹਿ ਦਿੰਦੇ 100 ਰੁਪਏ ਦੀ ਵੇਲ ਕਰਾ ਦੋ ਵਾਰ ਦੋ ਠੀਕ ਹੈ ਇੱਕ ਵੇਲਣਾ ਰੋਟੀ ਵੇਲ ਦੋ ਬਸ ਇਹਦੇ ਤਿੰਨ ਹੀ ਨੇ ਠੀਕ ਹੈ ਔਨ ਸੈਂਟੈਂਸ ਪੁੱਛਦੀ ਹਾਂ ਮੈਂ ਤੁਹਾਨੂੰ ਤੁਸੀਂ ਮੈਨੂੰ ਦੱਸਣੇ ਨੇ ਸੋ ਲੋ ਸੈਂਟੈਂਸ ਧਿਆਨ ਨਾਲ ਬਾਕੀ ਮੰਡੇ ਨੂੰ ਆਪਾਂ ਇਹਦੀ ਅਸਾਈਨਮੈਂਟ ਕਰਾਂਗੇ ਸੈਂਟੈਂਸ ਵਿੱਚ ਠੀਕ ਹੈ